ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਨੌਜਵਾਨ ਮੁੰਡਿਆਂ ਦੇ ਵੱਲੋਂ ਮਹਿਲਾ ਕਾਂਸਟੇਬਲ ਦੇ ਨਾਲ ਅਜਿਹੀ ਹਰਕਤ ਕੀਤੀ ਕਿ ਸੜਕ ਦੇ ਉੱਤੇ ਹੀ ਮਹਿਲਾ ਕਾਂਸਟੇਬਲ ਡਿੱਗ ਪਈ, ਜਿਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਫਟਾਫਟ ਜਾ ਕੇ ਇਸ ਮਹਿਲਾ ਕਰਮਚਾਰੀ ਨੂੰ ਚੁੱਕਿਆ ਅਤੇ ਉਹ ਮੁੰਡੇ ਉਹ ਗਏ ਅਤੇ ਸਾਰੀ ਘਟਨਾ ਲੱਗੇ ਉੱਥੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ। ਜੇਕਰ ਤੁਸੀਂ ਵੀ ਬੇਖੌਫ ਹੋ ਕੇ ਇਸ ਤਰੀਕੇ ਦੇ ਨਾਲ ਸੜਕਾਂ 'ਤੇ ਜਾਂਦੇ ਹੋ ਤਾਂ ਜ਼ਰਾ ਸੁਚੇਤ ਹੋ ਜਾਓ। ਲੁਧਿਆਣਾ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਨੇ ਇਸਦਾ ਅੰਦਾਜ਼ਾ ਇਸ CCTV ਤੋਂ ਲਗਾਇਆ ਜਾ ਸਕਦਾ ਹੈ। ਇਸ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਇੱਕ ਮਹਿਲਾ ਕਾਂਸਟੇਬਲ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ, ਜੋ ਕਿ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਪਿੱਛੇ ਆ ਰਹੇ 3 ਐਕਟਿਵਾ ਸਵਾਰ ਨੌਜਵਾਨਾਂ ਨੇ ਮਹਿਲਾ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਖਿੱਚੀ ਅਤੇ ਫਰਾਰ ਹੋ ਗਏ, ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਸੜਕ ਤੇ ਡਿੱਗ ਪਈ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਜਾਣਕਾਰੀ ਬਲਵਿੰਦਰ ਕੌਰ SHO ਨੇ ਸਾਂਝੀ ਕੀਤੀ। ਹਾਂਜੀ, ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੇਂਟ ਆਈ ਸੀ ਕਿ ਉਹਦੀ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਅਤੇ ਉਹਦੀ ਜਿਹੜੀ ਹੈਗੀ ਹੈ ਗੋਲਡ ਚੈਨ ਪਾਈ ਹੋਈ ਸੀ ਮੰਗਲ ਸੂਤਰ, ਉਹ ਖੋਹ ਕੇ ਲੈ ਗਏ। ਉਹ ਸਿਵਲ ਕੱਪੜਿਆਂ 'ਚ ਸੀਗੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣੇ, ਅਤੇ ਉਹਦੀ ਕੰਪਲੇਂਟ 'ਤੇ ਆਪਾਂ FIR ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ 3 ਬੰਦੇ ਆਪਾਂ ਫੜੇ ਹੈ। ਹਾਂਜੀ, CCTV ਫੁਟੇਜ ਦੇ ਬੇਸਿਸ 'ਤੇ ਆਪਾਂ ਫੜੇ ਹੈ 3 ਬੰਦੇ, ਇਹਦੇ 'ਚ ਆਪਾਂ ਫੜੇ ਅਰੈਸਟ ਕੀਤੇ ਹੈ। ਉਹਨਾਂ ਤੋਂ ਆਪਾਂ ਨੂੰ ਵਾਰਦਾਤ 'ਚ ਵਰਤੀ ਗਈ ਐਕਟਿਵਾ, ਇੱਕ ਕਮਾਨੀਦਾਰ ਚਾਕੂ ਅਤੇ ਇੱਕ ਖੰਡਾ ਬਰਾਮਦ ਹੋਇਆ ਅਤੇ ਉਹਨਾਂ ਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੈ ਗਏ ਹਾਂ। ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊ। ਇਹ 28 ਤਰੀਕ ਸ਼ਾਮੀ 6 ਵਜੇ ਦਾ ਟਾਈਮ ਸੀ, 6:30 ਵਜੇ ਦਾ। ਇਹ ਆਪਣੇ ਉੱਧਰ ਮੈਰੀਟੋਰੀਅਸ ਸਕੂਲ ਦੇ ਆਸ ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ। ਅਤੇ ਹਾਂਜੀ, ਜਿਹੜੇ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਅਤੇ ਆਪਣੀ ਐਕਟਿਵਾ ਅਤੇ ਸਿਵਲ ਕੱਪੜਿਆਂ 'ਚ ਘਰ ਵਾਪਸ ਜਾ ਰਹੇ ਸੀ ਅਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਹੋਣਾ, ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਝਪੱਟਾ ਮਾਰ ਕੇ ਉਹਨੂੰ ਉਹ ਖੋਹ ਕੇ ਲੈ ਗਏ। ਉਹ ਐਕਚੁਲੀ ਉਹਨਾਂ ਦਾ ਥੋੜ੍ਹਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ, ਉਹ ਥੋੜ੍ਹਾ ਜਿਹਾ ਉਹਨਾਂ ਦੀ ਐਕਟਿਵਾ ਡਗਮਗਾ ਕੇ ਇੱਕ ਪਾਸੇ ਨੂੰ ਟੇਢੀ ਹੋ ਕੇ ਡਿੱਗ ਗਈ ਸੀ, ਧੱਕਾ ਮੁੱਕੇ ਕੋਈ ਨਹੀਂ ਹੋਈ, ਇਹ ਜਲਦੀ ਨਾਲ ਫਿਰ ਨਿਕਲ ਗਏ। ਨਹੀਂ, ਸੱਟਾਂ ਤੋਂ ਬਚਾਅ ਹੋ ਗਿਆ ਜੀ, ਸੱਟਾਂ ਨਹੀਂ ਕੋਈ ਵੀ ਲੱਗੀਆਂ ਹੈਗੀਆਂ। ਦੇਖਿਆ ਜਾ ਰਿਹਾ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਪਰ ਹੁਣ ਤਾਂ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਜਾਪਦੇ। ਹਕੀਕਤ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।